ਨੇ ਉੱਥੇ ਨਾਕਾ ਲਾਇਆ ਸੀਗਾ ਤਾਂ ਮੁਦਕੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਬਰੀਟੋ ਗੱਡੀ ਆ ਰਹੀ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਅਤੇ ਉਹਦੇ ਵਿੱਚੋਂ ਜਿਹੜੀਆਂ ਸਾਨੂੰ ਇਹ 35,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇੱਥੇ ਖਾਈ ਫੇਮੇ ਕੀ ਪਿੰਡ ਆ ਉੱਥੋਂ ਦੇ ਇੱਕ ਸੰਕੇਤ ਅਤੇ ਇੱਕ ਵਿਜੇ ਨਾਂ ਦੇ ਦੋ ਲੜਕੇ ਆ ਇਹਨਾਂ ਨੇ ਅੱਗੇ ਇਹ ਦਿੱਲੀਓਂ ਇਹ ਗੋਲੀਆਂ ਲੈ ਕੇ ਆਏ ਸੀਗੇ ਅਤੇ ਉਹਨਾਂ ਨੇ ਅੱਗੇ ਇਹ ਇਹਨੂੰ ਸਪਲਾਈ ਕੀਤੀਆਂ ਸੀ। ਫਰੀਦਕੋਟ CIA ਸਟਾਫ ਨੇ 35,000 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ CIA ਇੰਚਾਰਜ ਦੇ ਇੰਸਪੈਕਟਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਨਾਕੇਬੰਦੀ ਕਰਕੇ ਕਾਰ ਨੂੰ ਰੋਕਿਆ ਅਤੇ ਜਦੋਂ ਉਹਨਾਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੱਲ ਆਪਣਾ ਸਾਡਾ CIA ਸਟਾਫ ਫਰੀਦਕੋਟ ਦਾ ਐਸਆਈ ਦਰਸ਼ਨ ਸਿੰਘ ਕੋਲੇ ਮੁਖਬਰੀ ਹੋਈ ਸੀ ਕਿ ਮਿਸ਼ਰੀ ਵਾਲੇ ਪਿੰਡ ਕੋਲੇ ਕੋਈ ਬੰਦੇ ਜਿਹੜੇ ਹੈਗੇ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਲੈ ਕੇ ਆ ਰਹੇ ਆ ਵੀ ਜੇ ਉੱਥੇ ਨਾਕਾਬੰਦੀ ਕੀਤੀ ਜਾਵੇ ਤਾਂ ਉਹਦੇ 'ਚ ਕਾਬੂ ਆ ਸਕਦੀਆਂ। ਸੋ ਉਸ 'ਤੇ ਜਿਹੜਾ ਐਸਆਈ ਹਰਬੰਸ ਸਿੰਘ ਅਤੇ ਹੋਰ ਸਾਰੀ CIA ਸਟਾਫ ਫਰੀਦਕੋਟ ਦੀ ਟੀਮ ਨੇ ਉੱਥੇ ਨਾਕਾ ਲਾਇਆ ਸੀਗਾ ਤਾਂ ਮੁਦਕੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਬਰੀਟੋ ਗੱਡੀ ਆ ਰਹੀ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਅਤੇ ਉਹਦੇ ਵਿੱਚੋਂ ਜਿਹੜੀਆਂ ਸਾਨੂੰ ਇਹ 35,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਵਿੱਚ ਅਸੀਂ ਜਿਹੜੇ ਮੁੱਢਲੇ ਤੌਰ 'ਤੇ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇਹਨਾਂ ਵਿੱਚੋਂ ਇੱਕ ਹਰਜੀਤ ਲਾਲ ਹੈ 5K ਉਤਾੜ ਦਾ ਇਹ ਥਾਂ ਆਪਣਾ ਥਾਣਾ ਗੁਰੂ ਹਰਸੇ ਵਿੱਚ ਇਹ ਪਿੰਡ ਪੈਂਦਾ ਅਤੇ ਇੱਕ ਬਲਵੰਤ ਸਿੰਘ ਹੈਗਾ ਇਹ ਪਿੰਡੀ ਪਿੰਡ ਦਾ ਰਹਿਣ ਵਾਲਾ। ਸਰ ਕਿੱਥੋਂ ਲਿਆ ਕੇ ਨਸ਼ਾ ਇਹ ਗਾਂ ਅਤੇ ਕਿੱਥੇ ਸਪਲਾਈ ਕਰਦੇ ਸੀ ਇਸ ਬਾਰੇ ਕੋਈ ਜਾਣਕਾਰੀ? ਹਾਂ ਇਹਨਾਂ ਤੋਂ ਅਗਲੀ ਪੁੱਛਗਿੱਛ ਜਿਹੜੀ ਅਸੀਂ ਕੀਤੀ ਉਹਦੇ 'ਚ ਇਹ ਆਇਆ ਵੀ ਇੱਥੇ ਖਾਈ ਫੇਮੇ ਕੀ ਪਿੰਡ ਆ ਉੱਥੋਂ ਦੇ ਇੱਕ ਸੰਕੇਤ ਅਤੇ ਇੱਕ ਵਿਜੇ ਨਾਂ ਦੇ ਦੋ ਲੜਕੇ ਆ ਇਹਨਾਂ ਨੇ ਅੱਗੇ ਇਹ ਦਿੱਲੀਓਂ ਇਹ ਗੋਲੀਆਂ ਲੈ ਕੇ ਆਏ ਸੀਗੇ ਅਤੇ ਉਹਨਾਂ ਨੇ ਅੱਗੇ ਇਹ ਇਹਨੂੰ ਸਪਲਾਈ ਕੀਤੀਆਂ ਸੀ। ਕੁਛ ਪਤਾ ਲੱਗਾ ਸਰ ਜਿਸ ਤਰੀਕੇ ਬਾਰਡਰ ਦੇ ਨੇੜੇ ਵਾਲੇ ਪਿੰਡ ਨੇ ਆਪਣੇ 5 ਉਤਾੜ ਵਗੈਰਾ ਹੋ ਗਏ ਜੀ ਪਤਾ ਲੱਗਾ ਕਿਸ ਤਰੀਕੇ ਨਾਲ ਸਾਰਾ ਕੁਛ ਚੱਲਦੀ ਚੇਰ ਇਹਨਾਂ ਦੀ? ਇਹ ਐਕਚੁਅਲੀ ਇਹਨੂੰ ਜਿਹੜਾ ਹੈਗਾ ਹਰਜੀਤ ਲਾਲ ਇਹਨੂੰ ਆਪਦਾ ਡਾਕਟਰੀ ਦਾ ਵੀ ਥੋੜ੍ਹਾ ਬੜਾ ਕੰਮ ਕਰਦਾ ਇਹ ਉਸੇ ਦੀ ਆੜ 'ਚ ਹੀ ਇਹ ਜਿਹੜਾ ਹੈਗਾ ਆਪਦਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਕਰਦਾ ਸੀ। ਪੁੱਛਗਿੱਛ ਦੌਰਾਨ ਪਤਾ ਲੱਗਿਆ ਵੀ ਇਹਦੇ ਭੱਠਿਆਂ ਦਾ ਭੱਠੇ ਸੀਗੇ ਇਹਦੇ ਉਹਦੇ ਵਿੱਚ ਇਹਨੂੰ ਕਾਫੀ ਲੌਸ ਲੂਸ ਹੋ ਗਿਆ ਉਸ ਤੋਂ ਬਾਅਦ ਇਹਨੇ ਇਹ ਕੰਮ ਸ਼ੁਰੂ ਕਰ ਲਿਆ ਸੀ। ਸਰ ਅੱਗੇ ਹੁਣ ਕਿੱਥੇ ਸਪਲਾਈ ਕਰਨ ਜਾ ਰਹੇ ਸੀ ਇਸ ਬਾਰੇ ਇਹ ਅੱਗੇ ਆਪਦਾ ਤੁਰ ਫਿਰ ਕੇ ਜਿਹੜੇ ਕੋਈ ਗਾਹਕ ਹੈਗੇ ਆ ਉਹਨਾਂ ਨੂੰ ਇਹ ਦਿੰਦਾ ਸੀਗਾ ਉਹਦੇ 'ਚ ਅਸੀਂ ਅੱਗੇ ਹਜੇ ਫਰਦਰ ਇਹਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹ ਸਾਰੀ ਇਹਨੇ ਸਪਲਾਈ ਕਿੱਥੇ ਦੇਣੀ ਸੀ ਅਤੇ ਕੀ ਕਰਨੀ ਉਹ ਸਾਡਾ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਕੋਈ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਇਹਦੇ ਵਰਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੋਇਆ? ਹੁਣ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਖਿਲਾਫ ਕਰ ਰਹੀ ਹੈ? ਹੁਣ ਇਹਨਾਂ 'ਤੇ ਅਸੀਂ ਆਪਦਾ NDPS ਐਕਟ ਦੇ ਤਹਿਤ ਇਹਨਾਂ 'ਤੇ ਕਾਰਵਾਈ ਕੀਤੀ ਹੈ ਇਹਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਪਲੱਸ ਜਿਨ੍ਹਾਂ ਨੇ ਇਹਨਾਂ ਨੂੰ ਸਪਲਾਈ ਕੀਤੀਆਂ ਸੀ ਗੋਲੀਆਂ ਉਹਨਾਂ ਨੂੰ ਵੀ ਫੜ ਲਿਆ ਗਿਆ। ਫਰੀਦਕੋਟ ਤੋਂ ਗਗਨਦੀਪ ਸਿੰਘ ਦੀ ਰਿਪੋਰਟ।